ਦੋਸਤੋ ਤੁਸੀਂ ਯਕੀਨ ਨਹੀਂ ਮੰਨਣਾ, ਇਹ ਬਰਫੀ ਨਾ ਦਲੀਏ ਤੋਂ ਬਣੀ ਹੋਈ ਹੈ ਅਤੇ ਇੰਨੀ ਜ਼ਿਆਦਾ ਟੇਸਟੀ ਅਤੇ ਸੌਖੀ ਬਣਦੀ ਆ। ਚਲੋ ਇਹਨੂੰ ਆਪਾਂ ਬਣਾਉਂਦੇ ਹਾਂ। ਇਹ ਬਣਾਉਣ ਲਈ ਆਪਾਂ ਲਵਾਂਗੇ ਜੀ ਪੌਣੀ ਕੌਲੀ ਦਲੀਏ ਦੀ, ਅਤੇ ਇੱਧਰ ਆਪਾਂ ਕੜਾਹੀ ਹੈ ਜਿਹੜੀ ਉਹ ਗਰਮ ਹੋਣ ਵਾਸਤੇ ਰੱਖਤੀ ਸੀ। ਇਹਦੇ ਵਿੱਚ ਪਾਵਾਂਗੇ ਜੀ 2-3 ਚਮਚ ਦੇਸੀ ਘਿਓ, ਅਤੇ ਇਹਨੂੰ ਜਦੋਂ ਗਰਮ ਹੋ ਗਿਆ ਤਾਂ ਜਿਹੜੀ ਆਪਾਂ ਲਈ ਹੋਈ ਹੈ ਜੀ ਦਲੀਏ ਦੀ ਪੌਣੀ ਕੌਲੀ, ਉਹ ਆਪਾਂ ਇਹਦੇ ਵਿੱਚ ਪਾ ਦਾਂਗੇ। ਇਹ ਵਧੀਆ ਸਾਫ਼ ਸੁਥਰਾ ਹੋਣਾ ਚਾਹੀਦਾ ਹੈਗਾ, ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਘਿਓ ਵਿੱਚ ਆਪਾਂ ਇਹਨੂੰ 5-6 ਮਿੰਟ ਵਾਸਤੇ ਪਕਾਵਾਂਗੇ। ਜਿਹੜਾ ਗੈਸ ਆ ਉਹ ਤੁਸੀਂ ਫੁੱਲ 'ਤੇ ਨਹੀਂ ਕਰਨਾ, ਮੀਡੀਅਮ 'ਤੇ ਰੱਖ ਕੇ ਪਕਾਉਣਾ ਤਾਂ ਜੋ ਵਧੀਆ ਪੱਕ ਕੇ ਤਿਆਰ ਹੋ ਜੇ। ਫੁੱਲ 'ਤੇ ਰੱਖਾਂਗੇ ਤਾਂ ਇਹ ਮੱਚ ਸਕਦਾ ਗਾ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 1 ਲੀਟਰ ਦੁੱਧ। ਜਦੋਂ ਇਹ ਚੰਗੀ ਤਰ੍ਹਾਂ ਪੱਕ ਜੇ ਤਾਂ ਇਹਦੇ ਵਿੱਚ ਆਪਾਂ ਜਿਹੜਾ ਦੁੱਧ ਉਹ ਪਾ ਦੇਣਾ, ਥੋੜ੍ਹਾ ਜਿਹਾ ਆਪਾਂ ਬਚਾ ਕੇ ਰੱਖ ਲਾਂਗੇ। ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਗਾ, ਅਤੇ ਹੁਣ ਆਪਾਂ ਇਹਨੂੰ ਉਬਾਲ ਆਉਣ ਤੱਕ ਪਕਾਉਂਦੇ ਰਹਿਣਾ ਗਾ। ਅਤੇ ਇੱਧਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਸਵਾਦ ਅਨੁਸਾਰ ਸ਼ੱਕਰ। ਇਹਦੇ ਵਿੱਚ ਆਪਾਂ ਖੰਡ ਵੀ ਪਾ ਸਕਦੇ ਹਾਂ, ਸ਼ੱਕਰ ਵੀ ਪਾ ਸਕਦੇ ਹਾਂ, ਗੁੜ ਵੀ ਪਾ ਸਕਦੇ ਹਾਂ, ਪਰ ਐਵੇਂ ਆ ਵੀ ਸ਼ੱਕਰ ਨਾਲ ਇਹ ਵਧੀਆ ਟੇਸਟੀ ਬਣ ਕੇ ਤਿਆਰ ਹੁੰਦਾ। ਗੁੜ ਵੀ ਪਾ ਸਕਦੇ ਹਾਂ, ਕਿਉਂਕਿ ਜਿਹੜਾ ਦੁੱਧ ਆ ਉਹ ਆਪਾਂ ਪਾਲਣਾ ਹੀ ਹੁੰਦਾ ਤਾਂ ਜਿਹੜੀ ਬਰਫੀ ਉਹ ਦਾਣੇਦਾਰ ਬਣ ਕੇ ਤਿਆਰ ਹੋਵੇ। ਤਾਂ ਤੁਸੀਂ ਕਲਰ ਵੀ ਦੇਖ ਸਕਦੇ ਵੀ ਸ਼ੱਕਰ ਪਾਉਣ 'ਤੇ ਕਿੰਨਾ ਵਧੀਆ ਆ ਗਿਆ। ਜਿਹੜਾ ਦੁੱਧ ਆਪਾਂ ਬਚਾਇਆ ਸੀ ਉਹਨੂੰ ਆਪਾਂ ਕੌਲੀ 'ਚ ਪਾ ਕੇ ਹੁਣ ਪਾਵਾਂਗੇ ਜੀ ਇਹਦੇ ਵਿੱਚ 1 ਚਮਚ ਕੋਕੋ ਪਾਊਡਰ। ਇਹ ਆਪਾਂ ਬੱਚੇ ਵਾਸਤੇ ਬਣਾ ਰਹੇ ਹਾਂ, ਕਿਉਂਕਿ ਬੱਚੇ ਨੂੰ ਹੁੰਦਾ ਵੀ ਕੋਈ ਜਿਹੜਾ ਫਲੇਵਰ ਆ ਉਹ ਆਵੇ ਵਧੀਆ ਟੇਸਟੀ ਲੱਗੇ। ਇਹ ਆਪਸ਼ਨਲ ਹੈਗਾ, ਤਾਂ ਤੁਸੀਂ ਕੋਕੋ ਪਾਊਡਰ ਦੇ ਵਿੱਚ ਪਾ ਸਕਦੇ ਹੋ, ਨਹੀਂ ਸਕਿੱਪ ਵੀ ਕਰ ਸਕਦੇ ਹੋਗੇ। ਚੰਗੀ ਤਰ੍ਹਾਂ ਆਪਾਂ ਜਿਹੜਾ ਕੋਕੋ ਪਾਊਡਰ ਸੀ ਦੁੱਧ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ, ਅਤੇ ਉੱਧਰ ਦੁੱਧ ਨੂੰ ਵੀ ਉਬਾਲ ਆ ਗਿਆ ਸੀਗਾ, ਅਤੇ ਹੁਣ ਜਿਹੜਾ ਆਪਾਂ ਜਿਹੜਾ ਪਾਊਡਰ ਮਿਕਸ ਕੀਤਾ ਸੀ ਉਹ ਆਪਾਂ ਇਸ ਦੁੱਧ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦੇਣਾ ਆਸੇ ਪਾਸੇ ਤੋਂ ਆਪਾਂ ਲਾਉਂਦੇ ਜਾਵਾਂਗੇ ਵੀ ਜਾਂ ਜੋ ਜਿਹੜਾ ਦੁੱਧ ਆ ਉਹ ਕੜਾਹੀ ਨਾਲ ਨਾ ਲੱਗੇ, ਅਤੇ ਇਹਨੂੰ ਆਪਾਂ ਪੂਰਾ ਗਾੜਾ ਹੋਣ ਤੱਕ ਪਕਾਵਾਂਗੇ। ਅਤੇ ਇੱਧਰ ਆਪਾਂ ਇਹਦੇ ਵਿੱਚ ਦਾਣੇਦਾਰ ਹੋਰ ਬਣਾਉਣ ਵਾਸਤੇ ਪਾਵਾਂਗੇ ਜੀ 1 ਚਮਚ ਦਹੀਂ ਦਾ। ਅਤੇ ਜੇਕਰ ਦਹੀਂ ਨਹੀਂ ਪਾਉਣਾ ਚਾਹੁੰਦੇ ਤਾਂ ਆਪਾਂ ਇਹਦੇ 'ਚ ਕੁਝ ਵੀ ਹੁੰਦਾ ਨਿੰਬੂ ਦੇ ਰਸ ਦੀਆਂ ਵੀ ਪਾ ਸਕਦੇ ਹਾਂ। ਅਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ, ਅਤੇ ਇਹਦੇ ਨਾਲ ਜਿਹੜਾ ਦੁੱਧ ਉਹ ਥੋੜ੍ਹਾ ਥੋੜ੍ਹਾ ਪਾਟ ਜੂ ਅਤੇ ਦਾਣੇਦਾਰ ਜਿਹੜੀ ਬਰਫੀ ਬਣ ਕੇ ਤਿਆਰ ਹੋਊਗੀ। ਤਾਂ ਤੁਸੀਂ ਦੇਖ ਸਕਦੇ ਮੈਨੂੰ ਆਪਾਂ ਜਦੋਂ ਪਕਾਉਂਦੇ ਗਏ ਤਾਂ ਵਧੀਆ ਗਾੜਾ ਹੋ ਕੇ ਤਿਆਰ ਹੋ ਗਿਆ ਸੀਗਾ। ਹੁਣ ਜਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਾਂ 2-3 ਚਮਚ ਘਿਓ ਦੇ, ਤਾਂ ਜੋ ਇਹ ਕੜਾਹੀ ਨੂੰ ਛੱਡ ਦੇ। ਅਤੇ ਆਪਾਂ ਫਲੇਵਰ ਵਾਸਤੇ ਪਾ ਲਿਆ ਸੀ ਜੀ ਇਲਾਇਚੀ ਪਾਊਡਰ। ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ 2-3 ਮਿੰਟ ਵਾਸਤੇ ਹੋਰ ਪਕਾਵਾਂਗੇ ਮੀਡੀਅਮ 'ਤੇ ਕਰਕੇ, ਅਤੇ ਕੜਾਹੀ ਨੂੰ ਛੱਡ ਦੂਗਾ। ਅਤੇ ਉੱਧਰ ਆਪਾਂ ਜਿਹੜੀ ਟ੍ਰੇ ਆ ਉਹ ਵੀ ਆਪਾਂ ਤਿਆਰ ਕਰ ਲਈ ਸੀਗੀ, ਅਤੇ ਤੁਸੀਂ ਦੇਖ ਸਕਦੇ ਮੈਨੇ ਕੜਾਹੀ ਆ ਜਿਹੜੀ ਛੱਡ ਤੀ। ਇੱਧਰ ਆਪਾਂ ਡਰਾਈ ਫਰੂਟ ਲਾ ਕੇ ਜਿਹੜੀ ਟ੍ਰੇ ਤਿਆਰ ਕਰੀ ਹੈਗੀ ਉਹਦੇ ਵਿੱਚ ਜਿਹੜਾ ਸਾਰਾ ਆਪਾਂ ਮਿਸ਼ਰਨ ਬਣਾਇਆ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ। ਬਹੁਤ ਹੀ ਸੌਖੀ ਆ, ਅਤੇ ਬੱਚੇ ਕਈ ਵਾਰ ਦਲੀਆ ਵਗੈਰਾ ਨਹੀਂ ਖਾਂਦੇ ਤਾਂ ਆਪਾਂ ਉਹਨੂੰ ਇਹ ਵਾਰ ਦੇ ਬਣਾ ਕੇ ਦੇਖ ਸਕਦੇ ਹਾਂ। ਮਿਲਕ ਕੇਕ ਵਾਂਗੂ ਵੀ ਕੱਟ ਸਕਦੇ ਹਾਂ। ਹੁਣ ਆਪਾਂ ਇਹਨੂੰ ਠੰਡੀ ਹੋਣ ਵਾਸਤੇ ਰੱਖ ਦਾਂਗੇ ਸੈੱਟ ਹੋਣ ਵਾਸਤੇ, ਅਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਲੇਟ 'ਚ ਕੱਢ ਕੇ ਅਤੇ ਇਹਦੇ ਪੀਸ ਕੱਟ ਲਾਂਗੇ। ਬਹੁਤ ਹੀ ਟੇਸਟੀ ਬਣਦੀ ਆ ਜੀ। ਹੁਣ ਇੱਥੇ ਆਪਾਂ ਜਿਵੇਂ ਵੀ ਚਾਹੀਏ ਉਵੇਂ ਆਪਾਂ ਇਹਦੇ ਪੀਸ ਕੱਟ ਸਕਦੇ ਹਾਂ। ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ। ਇੱਕ ਵਾਰ ਬਣਾਓਗੇ ਤਾਂ ਵਾਰ ਵਾਰ ਕਹੋਗੇ ਵੀ ਹਾਂ ਇਹੀ ਬਰਫੀ ਬਣਾ ਕੇ ਖਾਈਏ। ਖੋਏ ਵਰਗਾ ਅਤੇ ਵਿੱਚੋਂ ਜਿਹੜਾ ਆਪਾਂ ਦਲੀਆ ਪਾਇਆ ਬਹੁਤ ਹੀ ਦਾਣੇਦਾਰ ਬਣ ਕੇ ਤਿਆਰ ਹੁੰਦੀ ਹੈ। ਜ਼ਰੂਰ ਟਰਾਈ ਕਰਨਾ ਜੀ, ਬੱਚਿਆਂ ਨੂੰ ਬੇਹੱਦ ਪਸੰਦ ਆਊਗੀ। ਸੋ ਵੀਡੀਓ ਦੇਖਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।